पंजाब के 18,500 डिपो होल्डरों ने सरकार के खिलाफ संघर्ष का बिगुल फूंक दिया है। डिपो होल्डरों का कहना है कि 2 अक्टूबर से पंजाब सरकार मार्कफेड के माध्यम से आटे की सप्लाई करने जा रही है। अगर ऐसा होता है तो पंजाब के डिपो होल्डर बेरोजगार हो जाएंगे। ऐसे में उन्होंने अब संघर्ष की राह पर जाने का फैसला किया है। इस मौके पर पंजाब राशन डिपो होल्डर फेडरेशन के प्रधान सुखविंदर काजला ने बताया है कि पंजाब सरकार उनके साथ धोखा कर रही है। बता दें कि डिपो होल्डरों ने अब तक 25 महीनों का कमीशन भी नहीं मिल पाया है। डिपो होल्डरों का मानना है कि सरकार ने उनका फैसला वापस न लिया तो मुख्यमंत्री और वित्त मंत्री के आवास का घेराव किया जाएगा। ਪਹਿਲਾਂ ਤੋਂ ਜਦੋਂ ਇਹ ਸਰਕਾਰ ਬਣੀ ਵੀ ਨਹੀਂ ਸੀ ਉਦੋਂ ਤੋਂ ਜਿਹੜੀਆਂ ਅਸੀਂ ਹੱਕੀ ਮੰਗਾਂ ਇਹਨਾਂ ਤੋਂ ਮੰਗੀਆਂ ਸੀ ਔਰ ਇਹਨਾਂ ਨੇ ਕਿਹਾ ਸੀ ਸਾਡੀ ਸਰਕਾਰ ਆਉਣ ਤੇ ਅਸੀਂ ਤੁਹਾਡਾ ਬਿਲਕੁਲ ਜੋ ਵੀ ਤੁਹਾਡੀਆਂ ਜਾਇਜ਼ ਮੰਗਾਂ ਨੇ ਉਹ ਮੰਨੀਆਂ ਜਾਣਗੀਆਂ ਪਰ ਜਦੋਂ ਦੀ ਇਹ ਸਰਕਾਰ ਬਣੀ ਹੈ ਹੱਕੀ ਮੰਗਾਂ ਤਾਂ ਸਾਡੀਆਂ ਜਿਹੜੀਆਂ ਕੀ ਮੰਨਣੀਆਂ ਸੀ ਉਲਟਾ ਸਾਨੂੰ ਟੌਰਚਰ ਕੀਤਾ ਜਾ ਰਿਹਾ ਹੈ ਔਰ ਸਾਡੇ ਰੁਜ਼ਗਾਰ ਜਿਹੜੇ ਹੈ ਉਹ ਸਾਡੇ ਤੋਂ ਖੋਏ ਜਾ ਰਹੇ ਹਨ ਜਿਵੇਂ ਕਿ ਸਰਕਾਰ ਨੇ ਪਹਿਲਾਂ ਕਿਹਾ ਕਿ ਅਸੀਂ ਆਟਾ ਵੰਡਾਂਗੇ ਜਦੋਂ ਕਿ ਆਟਾ ਨਾ ਤਾਂ ਲੋਕਾਂ ਨੇ ਮੰਗਿਆ ਵੀ ਸਾਨੂੰ ਆਟਾ ਦਿੱਤਾ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਕਿਉਂਕਿ 25 ਮਹੀਨੇ ਹੋ ਗਏ ਹਜੇ ਤੱਕ ਕਮਿਸ਼ਨ ਨਹੀਂ ਮਿਲਿਆ ਪੰਜਾਬ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ ਕਣਕ ਜਿਹੜੀ ਵੰਡ ਰਿਹਾ ਉਹਦੀਆਂ ਮਸ਼ੀਨਾਂ ਸਾਡੇ ਕੋਲ ਬਹੁਤ ਘੱਟ ਨੇ ਜੀ 1700 ਮਸ਼ੀਨਾਂ ਜਦੋਂ ਕੋਈ ਡਿਪੂ ਹੋਲਡਰ 18,500 ਸਾਨੂੰ ਬਹੁਤ ਵੱਡੀਆਂ ਪ੍ਰੋਬਲਮਾਂ ਆਉਂਦੀਆਂ ਨੇ ਵੰਡਣ ਦੇ ਵਿੱਚ ਜਿਵੇਂ ਲੋਡਿੰਗ ਅਨਲੋਡਿੰਗ ਟਰਾਂਸਪੋਰਟ ਉਹਦੇ ਖਰਚੇ